ਇਧਰੇ ਪਹਿਲੇ ਹੀ ਮੰਨ ਤੇ ਸੀ ਕਿ ਆ ਵੀ ਜੌਬ ਜੋ ਆਪਾਂ ਨੇ ਕਰਨੀ ਹੈ ਨਹੀਂ ਕੰਮ ਕਰਨਾ ਆਪਦਾ ਹੀ ਕਰਨਾ ਓਕੇ ਬਾਹਰ ਗਿਆ ਸੀ ਬਾਹਰੋਂ ਸਿੱਖਿਆ ਇਹ ਚੀਜ਼ਾਂ ਦਾ ਨੌਲੇਜ ਮਿਲੀ ਤਾਂ ਆਪਦੇ ਆਹ ਕੰਮ ਚ ਆਏ ਕਿਹੜੇ ਮੁਲਕ ਗਏ ਸੀ ਸਾਈਪ੍ਰਸ ਗਏ ਕਿੰਨੇ ਸਾਲ ਲਾਏ 4 ਸਾਲ 4 ਸਾਲ ਲਾਏ चार साल पूरे जाने के मान के चलो ये 2018 के विच छेवीं महीने 19 तरीक नूं गया 2022 के विच छेवीं महीने की 19 तरीक नूं वापस आया चलो हुण बंदे नूं पता लगण लगे बाहर कुछ नहीं ਵੀ ਮੰਨ ਕੇ ਚੱਲੋ ਵੀ ਜੇ 100 ਜਾਂਦਾ ਉਹਦੇ ਵਿੱਚੋਂ ਤੁਸੀਂ 30 ਬੰਦੇ ਨੂੰ ਸੁਣਨ ਨੂੰ ਮਿਲੂਗਾ ਵੀ ਯਾਰ ਕੁਛ ਨਹੀਂ ਇੱਦਾਂ ਹੀ ਕਰ ਲੈਂਦੇ ਚੰਗੇ ਸੀ ਪਰ ਅੱਜ ਤੋਂ 5 ਸਾਲ ਪਹਿਲਾਂ ਕੋਈ ਇੱਕਣ ਕਹਿੰਦਾ ਨਹੀਂ ਸੀ ਕਿ ਜਦੋਂ ਆਪਾਂ ਨੂੰ ਉਹ ਬਣਨ ਲੱਗ ਜਾਂਦਾ ਫਿਰ ਰਿਸਕ ਲੈਣਾ ਬੰਦਾ ਡਰਦਾਗਾ ਵੀ ਇੱਕ ਟਾਈਮ ਬ੍ਰੇਕ ਹੋਊਗੀ ਕਮਾਈ ਰੁਕੂਗੀ ਤੇ ਇਨਵੈਸਟਮੈਂਟ ਕਰਨੀ ਪਊਗੀ ਸਾਲ 2 ਸਾਲ ਬਚੇ ਨਾ ਬਚੇ ਕੁਛ ਮਨ ਦੇ ਵਿੱਚ ਐ ਹੁੰਦਾ ਦੇਖੋ ਚਲੋ ਜਾਂ ਪਿੱਛੋਂ ਹੋਵੇ ਸਪੋਰਟ ਨਾ ਫੁੱਲ ਵੀ ਹਾਂ ਯਾਰ ਚੱਕ ਲਓ ਕਰ ਦਾਂਗੇ ਇਹ ਹੋ ਜੂ ਬੂ ਸਾਡੇ ਮਨ ਦੇ ਵਿੱਚ ਵੀ ਐ ਸੀ ਵੀ ਪੈਸਾ ਕਮਾਇਆ 4 ਸਾਲ ਇਹ ਲਾਇਆ ਮੈਂ ਵੀ ਜੌਬ ਕਰਦਾ ਜੀ ਕਮਾਇਆ ਹੋਇਆ ਪੈਸਾ ਕਿਤੇ ਗਲਤ ਥਾਂ ਨਾ ਲਾ ਬੈਠੇ ਘੋੜਿਆਂ ਦਾ ਬਾਈ ਮੈਨੂੰ ਕਹਿੰਦਾ ਸਟਾਰਟਿੰਗ ਅੱਛਾ ਗਏ ਹੀ ਤਾਂ ਸੀ ਜਦੋਂ ਮੈਨੂੰ ਸਪਾਂਸਰ ਆਈ ਆਪਣੇ ਲਈ ਇੱਥੇ ਵੀ ਘੋੜੇ ਨੇ ਚਲੋ ਜਾਣ ਘਰੇ ਰੱਖੇ ਨੇ ਹਾਂਜੀ ਘਰੇ ਰੱਖੇ ਨੇ ਤੇ ਜਾਣ ਤੋਂ ਪਹਿਲਾਂ ਨਾ ਘੋੜੀ ਸਾਹਮਣੇ ਇੱਥੇ ਜਦੋਂ ਇਹਨੂੰ ਪਤਾ ਲੱਗਿਆ ਵੀ ਉੱਧਰ ਜਾ ਕੇ ਕੰਮ ਘੋੜਿਆਂ ਦਾ ਇਹਨੇ ਹਮੀ ਤਾਂ ਭਰੀ ਪਸ਼ੂਆਂ ਵਾਲੀ ਦੇ ਲਾ ਮਤਲਬ ਘੋੜੀਆਂ 'ਚ ਜਿੱਤ ਹੈ ਆਪਾਂ ਇਹ ਤਾਂ ਨਹੀਂ ਕਹਿ ਸਕਦੇ ਘੋੜੀਆਂ ਕਬੂਤਰਾਂ ਨੇ ਪੜਦੇ ਪੁੱਤ ਸਰਦਾਰਾਂ ਦੇ ਪੱਟੇ ਤਾਂ ਨਹੀਂ ਬਣਾਈ ਉਹਨੇ ਬਣਾਈ ਉਹਨੇ ਨੇ ਐਵੇਂ ਪੱਟੇ ਪੁੱਟੇ ਦਾ ਗਾਣਿਆਂ 'ਚ ਹੀ ਨੇ ਗਾਣਿਆਂ 'ਚ ਹੀ ਪੱਟੇ ਨੇ ਬਾਈ ਜੀ ਗਾਣੇ ਫਿਰ ਕੋਈ ਮਰਜ਼ੀ ਜੋਬ ਆ ਚਾਹੇ ਪ੍ਰਾਈਵੇਟ ਆ ਚਾਹੇ ਸਰਕਾਰੀ ਆ ਜਿੰਨਾ ਚਿਰ ਤੁਸੀਂ ਨੌਕਰ ਹੋ ਨਾ ਨੌਕਰ ਨੌਕਰੀ ਦਾ ਮਤਲਬ ਹੈ ਨੌਕਰ ਜਿੰਨਾ ਚਿਰ ਤੁਸੀਂ ਨੌਕਰ ਹੋ ਉਹਨਾਂ ਚਿਰ ਝੱਲਣੀਆਂ ਹੀ ਪੈਂਦੀਆਂ ਪਹਿਲਾਂ ਵੀ ਲੈਂਦੇ ਹਾਂ ਬੜਾ ਟੇਸਟੀ ਫੂਡ ਹੁੰਦਾ ਇਹਨਾਂ ਦਾ ਪੀਜ਼ਾ ਵੀ ਵੀਰੇ ਬਹੁਤ ਵਧੀਆ ਫਰੈਸ਼ ਬਣਾ ਕੇ ਦਿੰਦੇ ਆ ਨਾਲੇ ਰੈਪ ਵੀ ਬਹੁਤ ਵਧੀਆ ਹੁੰਦੇ ਵੀਰੇ ਪੀਜ਼ਾ ਖਾਣਾ ਹੈ ਉਹਦਾ ਮੂਰੇ ਹੀ ਪਿਆ ਪਸੰਦਰਵਾ ਦੇ ਲੋ ਪੀਜ਼ਾ ਪੀਜ਼ਾ ਕਰਾਈ ਬਈਆ ਬਾਈਆਂ ਨੇ ਕਹਿੰਦੇ ਬਾਹਰੋਂ ਆ ਕੇ ਬਾਈਆਂ ਨੇ ਇੱਥੇ ਝੰਡਾ ਕੱਟ ਲਿਆ ਕੀ ਕਹੇਗਾ ਬਾਈਆਂ ਨੂੰ ਕਿੰਨੇ ਨੰਬਰ ਦੇਗਾ 100 'ਚੋਂ 100 ਆ ਬਾਈ ਸਤਿ ਸ਼੍ਰੀ ਅਕਾਲ ਦੋਸਤੋ ਰੱਬੋ ਟੀ ਵੀ ਦੇਖ ਰਹੇ ਹੋ ਤੁਸੀਂ ਮੈਂ ਮਨਜੋਤ ਮਾਜਰਾ ਤੁਹਾਡਾ ਸਵਾਗਤ ਕਰਦਾ ਹਾਂ ਅਸੀਂ ਮਲੌਦ ਵਾਲੇ ਰਾਹ 'ਤੇ ਹਾਂ ਅਤੇ ਬਾਈਆਂ ਬਾਰੇ ਪਤਾ ਲੱਗਿਆ ਸੀ ਫੂਡ ਲੈਂਡ ਖੋਲ੍ਹਿਆ ਬਾਈਆਂ ਨੇ ਉਰੇ ਅਤੇ ਬਾਈ ਹੁਣੀ ਬਾਹਰੋਂ ਆਏ ਆ ਅਤੇ ਇੱਥੇ ਆ ਕੇ ਉਹਨਾਂ ਨੇ ਕੰਮ ਖੋਲ੍ਹਿਆ ਪੀਜ਼ੇ ਦਾ ਸਾਨੂੰ ਕਿਸੇ ਨੇ ਦੱਸਿਆ ਸੀ ਵੀ ਪੀਜ਼ਾ ਬੜਾ ਸਵਾਦ ਬਣਾਉਂਦੇ ਆ ਅਤੇ ਅੱਜ ਪੀਜ਼ਾ ਖਾਵਾਂਗੇ ਵੀ ਤੁਹਾਨੂੰ ਵੀ ਖਵਾਵਾਂਗੇ ਅਤੇ ਬਾਈਆਂ ਨਾਲ ਗੱਲਬਾਤ ਕਰਦੇ ਹਾਂ ਕਿੱਥੋਂ ਆਏ ਨੇ ਅਤੇ ਕਦੋਂ ਕੰਮ ਸ਼ੁਰੂ ਕੀਤਾ ਆ ਜਾਓ ਕਰਦੇ ਹਾਂ ਗੱਲ ਬਾਈਆਂ ਨਾਲ ਬਾਈ ਸਤਿ ਸ਼੍ਰੀ ਅਕਾਲ ਕੀ ਹਾਲ ਆ ਵੀਰੇ ਮਾਈਕ ਲਾ ਲਈਏ ਪਹਿਲਾਂ ਤਾਂ ਬਹੁਤ ਵਧੀਆ ਵੀਰ ਜੀ ਤੁਸੀਂ ਦੱਸੋ ਕੀ ਹਾਲ ਚਾਲ ਨੇ ਕੀ ਨਾਮ ਆ ਵੱਡੇ ਵੀਰੇ ਮੇਰਾ ਨਾਮ ਤਰਨਵੀਰ ਸਿੰਘ ਹੈ ਵੀਰੇ ਤਰਨਵੀਰ ਸਾਨੂੰ ਕਿਸੇ ਨੇ ਦੱਸਿਆ ਸੀਗਾ ਵੀ ਪੀਜ਼ਾ ਕਿਸੇ ਨੇ ਰੱਬੋਂ ਮੰਗਾਇਆ ਤੇ ਕਹਿੰਦੇ ਬੜਾ ਸਿਰਾ ਬਣਾਉਂਦੇ ਆ ਅੱਜ ਅਸੀਂ ਖਾਣ ਵੀ ਆਏ ਆ ਤੇ ਆ ਰੱਬੋਂ ਟੀਵੀ ਜਿੰਨੇ ਵੀ ਦੇਖ ਰਹੇ ਆ ਉਹਨਾਂ ਨੂੰ ਖਵਾਉਣਾ ਵੀ ਆ ਤੇ ਬਾਈ ਬਾਹਰੋਂ ਕੌਣ ਆਇਆ ਮੈਨੂੰ ਦੱਸਿਆ ਸੀ ਕਿਸੇ ਨੇ ਬਾਹਰੋਂ ਆਏ ਹੋ ਛੋਟਾ ਭਾਈ ਆਇਆ ਜੀ ਬਾਹਰੋਂ ਅੱਛਾ ਤੁਸੀਂ ਨਹੀਂ ਆਏ ਨਹੀਂ ਨਹੀਂ ਬਾਈ ਛੋਟਾ ਭਾਈ ਆਇਆ ਜੀ ਬਾਹਰੋਂ ਛੋਟੇ ਠੀਕ ਹੈ ਦੋ ਭਰਾ ਨੇ ਬਾਈ ਤਿੰਨ ਭਰਾ ਜੀ ਅਸੀਂ ਅੱਛਾ ਤਿੰਨ ਭਰਾ ਹਾਂ ਜੀ ਇੱਕ ਦੀ 3 ਤਰੀਕ ਨੂੰ ਫਲੈਟ ਹੋਈ ਹੈ ਵੀਰ ਜੀ ਅਜੇ ਅੱਛਾ ਅੱਛਾ ਬਾਈ ਆ ਗਿਆ ਤੇ ਉਹਨੂੰ ਭੇਜਤਾ ਉਹ ਆ ਗਏ ਨੇ ਹੋਏ ਨੂੰ ਹੋ ਗਏ ਸਾਲ ਹੋ ਗਿਆ ਇਹਨੂੰ ਜੋ ਚੱਲਿਆ ਗਿਆ ਜੀ ਬਾਈ ਸਤਿ ਸ਼੍ਰੀ ਅਕਾਲ ਕੀ ਹਾਲ ਆ ਵੀਰੇ ਕੀ ਨਾਮ ਆ ਵੀਰੇ ਸਰਬੀਰ ਸਿੰਘ ਜੀ ਮਾਈਕ ਬਾਈ ਕਨੀ ਨੂੰ ਐਂ ਜੇ ਕਰਦਾ ਕਰੀ ਆਪਾਂ ਸਰਬੀਰ ਬਾਈ ਕਿਵੇਂ ਸਵੱਬ ਬਣਿਆ ਇੱਥੇ ਆ ਕੇ ਆਪਣਾ ਜਗਾੜ ਲਾਉਣ ਦਾ ਮਤਲਬ ਆਪਣਾ ਕੰਮ ਖੋਲਣ ਦਾ ਵੀਰੇ ਪਹਿਲੇ ਹੀ ਮਨ ਚ ਸੀਗਾ ਵੀ ਜੌਬ ਜੋ ਆਪਾਂ ਨੇ ਕਰਨੀ ਹੈ ਨਹੀਂ ਕੰਮ ਕਰਨਾ ਆਪਦਾ ਹੀ ਕਰਨਾ ਓਕੇ ਬਾਹਰ ਗਿਆ ਸੀ ਬਾਹਰੋਂ ਸਿੱਖਿਆ ਇਹ ਚੀਜ਼ਾਂ ਦਾ ਨੌਲੇਜ ਮਿਲੀ ਤਾਂ ਆਪਦੇ ਆਹ ਕੰਮ ਚ ਆਏ ਕਿਹੜੇ ਮੁਲਕ ਗਏ ਸੀ ਸਾਈਪ੍ਰਸ ਵੀਰੇ ਕਿੰਨੇ ਸਾਲ ਲਾਏ 4 ਸਾਲ ਜੀ 4 ਸਾਲ ਲਾਏ ਜੀ 4 ਸਾਲ ਪੂਰੇ ਜਾਣ ਕੇ ਮੰਨ ਕੇ ਚੱਲੋ ਇਹ 2018 ਦੇ ਵਿੱਚ 6ਵੇਂ ਮਹੀਨੇ 19 ਤਰੀਕ ਨੂੰ ਗਿਆ 2022 ਦੇ ਵਿੱਚ 6ਵੇਂ ਮਹੀਨੇ ਦੀ 19 ਤਰੀਕ ਨੂੰ ਵਾਪਸ ਆਇਆ ਇੰਟਰਸਟਿੰਗ ਸਟੋਰੀ ਆ ਬਾਈ ਸਾਈਪ੍ਰਸ ਤੋਂ ਆਇਆ 4 ਸਾਲ ਲਾ ਕੇ ਬਾਈ ਕਹਿੰਦਾ ਮੈਂ ਆਇਆ ਅਤੇ ਆਪਾਂ ਬਾਈਆਂ ਨਾਲ ਬਹਿਨੇ ਆ ਸਰਬਵੀਰ ਬਾਈ ਉੱਥੇ ਫਿਰ ਜਾਣਾ ਕਿਉਂ ਹੋਇਆ ਇੱਥੇ ਕੀ ਕੰਮ ਸੀ ਪਹਿਲਾਂ ਇੱਥੇ ਪਹਿਲਾਂ ਵੀਰੇ ਆਪਣਾ ਖੇਤੀਬਾੜੀ ਦਾ ਕੰਮ ਸੀਗਾ ਖੇਤੀਬਾੜੀ 'ਚੋਂ ਨੋਰਮਲੀ ਉਹ ਟਾਈਮ ਇੱਕ ਤਰ੍ਹਾਂ ਦਾ ਵੀ ਸਟਾਰਟਿੰਗ ਜੀ ਸੀਗੀ ਕੋਵਿਡ ਟਾਈਮ ਸੀਗਾ ਕਿੰਨੀ ਕੁ ਖੇਤੀ ਸੀ ਬਾਈ ਖੇਤੀ 100 ਕੁ ਵਿਗੇ ਦੀ ਖੇਤੀ ਆ ਵੀਰੇ ਜੀ ਆਪਣੀ ਇੰਨੇ ਵਾਲਾ ਤਾਂ ਮੂੰਹ ਨਹੀਂ ਕਰਦਾ ਹੁੰਦਾ ਪਤੰਦਰਾ ਤੈਨੂੰ ਕੀ ਬਸ ਇੱਕ ਬਾਹਰ ਵਾਲਾ ਕੀੜਾ ਸੀਗਾ ਪਹਿਲਾਂ ਹਾਂ
ਇੱਕ ਉਹ ਦੇਖਣਾ ਸੀਗਾ ਵੀ ਹਾਂ ਕੀ ਆ ਗਈ ਲਾਈਫ। ਅੱਛਾ ਹਾਂਜੀ, ਅੱਜ ਤੋਂ 5 ਸਾਲ ਕਿੱਦਾਂ ਦੀ ਸੀ ਲਾਈਫ ਫਿਰ? ਬਹੁਤ ਵਧੀਆ ਰਿਹਾ ਐਕਸਪੀਰੀਅੰਸ। ਸਟਾਰਟਿੰਗ ਥੋੜੀ ਟਫ ਸੀਗੀ ਪਰ ਉਹ ਚੀਜ਼ ਨੇ ਸਿਖਾਇਆ ਬਹੁਤ ਚੀਜ਼ਾਂ ਨੇ। ਠੀਕ ਹੈ, ਇੱਕ ਤਰ੍ਹਾਂ ਬੰਦੇ ਨੂੰ ਮੈਚੋਰ ਜਿਹਾ ਕਰ ਦਿੰਦੀਆਂ ਨੇ। ਠੀਕ ਹੈ, ਬੰਦੇ ਨੂੰ ਐਵੇਂ ਛੋਟੀਆਂ ਚੀਜ਼ਾਂ ਨਾਲ ਫੀਲ ਜਿਹਾ ਹੋਣ ਵੜ ਜਾਂਦਾ ਥੋੜ੍ਹਾ। ਮਤਲਬ ਕਿੱਦਾਂ? ਜਿਵੇਂ ਕੋਈ ਛੋਟੀ ਮੋਟੀ ਪ੍ਰੋਬਲਮ ਦੀ ਬੇਪਰਵਾਹੀ ਜੀ ਕਰਨ ਲੱਗ ਜਾਂਦਾ ਬੰਦਾ, ਬੇਫਿਕਰ ਹੋ ਜਾਂਦਾ ਉੱਧਰ ਜਾ ਕੇ। ਹਾਂ, ਹੁਣ ਦੁਨੀਆ ਘੁੰਮ ਲਈ, ਡਿਪੈਂਡ ਹੋ ਜਾਂਦਾ ਬੰਦੇ ਨੂੰ, ਪਤਾ ਲੱਗ ਜਾਂਦਾ ਵੀ ਅੱਜ ਨਹੀਂ ਤਾਂ ਕੱਲ੍ਹ ਨੂੰ ਕਰ ਲਾਂਗੇ, ਕੋਈ ਨਾ ਹੋ ਜਾਊਗਾ। ਓਕੇ, ਅਤੇ ਬਾਈ ਕੁਛ ਕਹਿਣ ਲੱਗਿਆ ਸੀ? ਮੈਂ ਅੱਜ ਤੋਂ 5 ਸਾਲ ਪਹਿਲਾਂ ਟ੍ਰੈਂਡ ਚੱਲਿਆ ਸੀ ਬਾਹਰ ਦਾ। ਹਾਂ, ਹਜੇ ਹਜੇ ਮੁੱਕਿਆ ਨਹੀਂ, ਮੁੱਕਿਆ ਨਹੀਂ ਉਹ ਚੀਜ਼, ਮੁੱਕਿਆ ਨਹੀਂ। ਚਲੋ ਹੁਣ ਬੰਦੇ ਨੂੰ ਪਤਾ ਲੱਗਣ ਲੱਗ ਗਿਆ ਬਾਹਰ ਕੁਛ ਨਹੀਂ। ਤੁਸੀਂ ਮੰਨ ਕੇ ਚੱਲੋ ਵੀ ਜੇ 100 ਜਾਂਦਾ ਉਹਦੇ ਵਿੱਚੋਂ 30 ਬੰਦੇ ਤੋਂ ਸੁਣਨ ਨੂੰ ਮਿਲੂਗਾ ਵੀ ਯਾਰ ਕੁਛ ਨਹੀਂ ਇੱਦਾਂ ਹੀ ਕਰ ਲੈਂਦੇ ਚੰਗੇ ਸੀ, ਪਰ ਅੱਜ ਤੋਂ 5 ਸਾਲ ਪਹਿਲਾਂ ਕੋਈ ਇੱਕਣ ਕਹਿੰਦਾ ਨਹੀਂ ਸੀ। ਹਾਂ, ਉਹ ਕਹਿੰਦੇ ਸੀ ਜਾਣਾ ਹੀ ਜਾਣਾ, ਚਾਹੇ ਵੇਚ ਕੇ ਜਾਈਏ ਜੋ ਮਰਜ਼ੀ ਕਰਕੇ ਜਾਈਏ, ਬਸ ਉਹ ਟ੍ਰੈਂਡ ਦੀ ਉਹ ਟ੍ਰੈਂਡ ਦੇ ਵਿੱਚ ਇਹਦਾ ਬਸ ਮਨ ਸੀਗਾ ਜਾਣ ਦਾ ਬਾਹਰ। ਬਾਈ ਦੋਨੇ ਭਰਾ ਦੇਖ ਲਓ ਖਿੜੇ ਚਿਹਰੇ ਆ ਬਾਈਆਂ ਦੇ, ਐ ਹੱਸੂ ਹੱਸੂ ਕਰਦੇ ਆ ਵੀਰ ਹੋਣੀ, ਤੇ ਉਹ ਵੀ ਸੁਭਾਅ ਵੀ ਹੱਸੂ ਆ, ਤੇ ਮੈਨੂੰ ਕਹਿੰਦੇ ਵੀ ਪੀਜ਼ਾ ਬਾਲਾ ਗਾਡਰ ਬਣਾਉਂਦੇ ਆ ਬਾਹਰੋਂ ਆਇਆ ਵੀ। ਮੈਂ ਕਿਹਾ ਜਾ ਕੇ ਦੇਖਣਾ ਬਣਦਾ, ਆਪਣੇ ਦਰਸ਼ਕਾਂ ਨੂੰ ਵੀ ਦਿਖਾਉਣਾ ਬਣਦਾ ਵੀ ਯਾਰ ਮੁੰਡਿਆਂ ਨੇ ਬਾਹਰੋਂ ਆ ਕੇ ਇੱਥੇ ਕੰਮ ਖੋਲਿਆ, ਹੈ ਨਾ ਵੱਡੀ ਗੱਲ ਆ ਬਾਈ, ਮੁੜਦੇ ਨਹੀਂ, ਗਏ ਹੋਏ ਤਾਂ ਨਹੀਂ ਮੁੜਦੇ। ਇੱਕ ਹੈ ਨਾ, ਇੱਕ ਜਦੋਂ ਆਪਾਂ ਨੂੰ ਕੋਈ ਬਣਨ ਲੱਗ ਜਾਂਦਾ ਫਿਰ ਰਿਸਕ ਲੈਣਾ ਬੰਦਾ ਡਰਦਾ ਹੈਗਾ ਵੀ ਇੱਕ ਟਾਈਮ ਬ੍ਰੇਕ ਹੋਊਗੀ, ਕਮਾਈ ਰੁਕੂਗੀ ਤੇ ਇਨਵੈਸਟਮੈਂਟ ਕਰਨੀ ਪਊਗੀ, ਸਾਲ ਦੋ ਸਾਲ ਬਚੇ ਨਾ ਬਚੇ ਕੁਛ, ਫਿਰ ਇੱਕ ਡਰਦਾ ਇਹ ਚੀਜ਼ ਤੋਂ। ਕਿੰਨੇ ਕੁ ਮਹੀਨੇ ਹੋ ਗਏ ਹੁਣ ਮੈਨੂੰ ਬਾਹਰੋਂ ਆਏ ਨੂੰ? ਨਹੀਂ, ਕੰਮ ਖੋਲੇ ਨੂੰ? ਕੰਮ ਖੋਲੇ ਨੂੰ 3.5 ਮਹੀਨੇ ਹੋਏ ਨੇ ਅਜੇ। 3.5 ਮਹੀਨੇ ਦਾ ਰਿਸਪੌਂਸ ਕੀ ਹੈ ਵੀਰੇ? ਰਿਸਪੌਂਸ ਜਿਹੜੇ ਹਿਸਾਬ ਨਾਲ ਮੈਂ ਲੁਧਿਆਣੇੋਂ ਆ ਗਿਆ, ਮੈਨੂੰ ਕਹਿੰਦੇ ਪੀਜ਼ਾ ਬਾਲਾ ਸਵਾਦ ਬਣਾਉਂਦੇ ਆ ਬਾਈ ਹੁਣੀ। ਬਹੁਤ ਵਧੀਆ ਰਿਸਪੌਂਸ ਆ ਜੀ, ਦੇਖੋ ਜਿੰਨਾ ਅਸੀਂ ਸੋਚਿਆ ਸੀ ਨਾ ਉਸ ਤੋਂ ਕਿਤੇ ਵੱਧ ਗਿਆ। ਮੈਂ ਮਾਰਕੀਟ ਆਪਣੀ ਛੋਟੀ ਸੀਗੀ, ਮੈਂ ਮਾਰਕੀਟ ਦੇ ਹਿਸਾਬ ਨਾਲ ਆਪਣਾ ਮਸ਼ੀਨਾਂ ਛੋਟੀਆਂ ਲੈ ਲਈਆਂ ਸੀ, ਮੈਨੂੰ ਐਂ ਸੀਗਾ ਵੀ ਚਲੋ ਵੀ ਛੋਟੀ ਮਾਰਕੀਟ ਆਪਣੇ ਸਟਾਰਟਿੰਗ ਦੇਖਣਾ ਜੀ, ਇੱਕ ਸਟਾਰਟਿੰਗ ਕਰਕੇ ਵੀ ਆਪਾਂ ਕਰ ਸਕਦੇ ਹਾਂ ਕਿ ਨਹੀਂ, ਕਿਉਂਕਿ ਆਪਣੇ ਜ਼ਿਮੀਂਦਾਰਾਂ ਦੇ ਵਿੱਚ ਜੱਟਾਂ 'ਚ ਐਂ ਹੁੰਦਾ ਵੀ ਖੇਤੀ ਮੁੱਖ ਧੰਦਾ ਹੀ ਆਪਣਾ ਹੋਈ ਆ, ਉਹ ਚੀਜ਼ ਤੋਂ ਹਟ ਕੇ ਆਪਾਂ ਪਹਿਲੀ ਵਾਰ ਕੁਛ ਕਰਨ ਦੇ ਵਿੱਚ ਵੀ ਮਨ ਦੇ ਵਿੱਚ ਐਂ ਹੁੰਦਾ ਦੇਖੋ ਚਲੋ ਜਾਂ ਪਿੱਛੋਂ ਹੋਵੇ ਸਪੋਰਟ ਨਾ ਫੁੱਲ ਵੀ ਹਾਂ ਯਾਰ ਚੱਕ ਦੋ ਕਰ ਦਾਂਗੇ ਇਹ ਹੋਜੂ ਬੋ, ਸਾਡੇ ਮਨ ਦੇ ਵਿੱਚ ਵੀ ਐਂ ਸੀ ਵੀ ਪੈਸਾ ਕਮਾਇਆ 4 ਸਾਲ ਇਹ ਲਾਇਆ ਆ, ਮੈਂ ਵੀ ਜੋਬ ਕਰਦਾ ਜੀ, ਕਮਾਇਆ ਹੋਇਆ ਪੈਸਾ ਕਿਤੇ ਗਲਤ ਸਮੇਂ ਨਾ ਲਾ ਬੈਠੀ ਵੀ। ਦੇਖੋ ਇੱਕ ਇਹ ਹੁੰਦਾ ਵੀ ਮੂਡ ਆਉਂਦਾ ਲਾਈਫ ਦੇ ਵਿੱਚ ਵੀ ਜਦੋਂ ਆਪਾਂ ਆਪਦਾ ਕੋਈ ਨਵਾਂ ਕੰਮ ਕਾਰ ਜਾਂ ਕੋਈ ਵੀ ਚੀਜ਼ ਫਿਰ ਤੁਸੀਂ ਨਵਾਂ ਸਟਾਰਟਿੰਗ ਕਰਿਆ, ਸਾਨੂੰ ਐਂ ਸੀਗਾ ਵੀ ਪੈਸਾ ਲਾ ਲਈਏ ਵੱਧ ਲਾ ਲਈਏ, ਗਲਤ ਸਮੇਂ ਲੱਗ ਗਿਆ ਮੁੜ ਕੇ ਫਿਰ ਜੀਰੋ ਸਟਾਰਟ ਕਰਨਾ ਪੈਣਾ, ਉਹ ਚੀਜ਼ ਸੋਚਣ ਨਾਲੋਂ ਵਧੀਆ ਵੀ ਸੋਚ ਕੇ ਪੈਸਾ ਲਾਈਏ, ਉਹ ਸੋਚ ਕੇ ਅਸੀਂ ਘੱਟ ਤੋਂ ਘੱਟ ਅਸੀਂ ਵੀ ਘੱਟ ਤੋਂ ਘੱਟ ਪੈਸਾ ਲਾ ਕੇ ਵੱਧ ਤੋਂ ਵੱਧ ਵਧੀਆ ਤਿਆਰ ਕਰੀਏ, ਜਿੰਨਾ ਸਾਰਾ ਸੈਟਅਪ ਆ ਵੀਰੇ ਜਿੰਨਾ ਦਿਖ ਰਿਹਾ ਸਾਰਾ ਆਪਣੇ ਆਪ ਖੁਦ ਰੈਡੀ ਕਰਿਆ, ਇਹ ਸਾਰਾ ਆਪਣੀ ਡਿਜ਼ਾਈਨ ਆ, ਡਿਜ਼ਾਈਨ ਵੀ ਆਪਣੇ ਆਪ ਕਰਿਆ ਜੀ, ਸਾਰੀ ਕੁਛ ਆਪਣੇ ਹੈਂਡਮੇਡ ਕਰਾਇਆ ਆਪਾਂ ਨੇ। ਕੀ ਬਾਤ ਆ ਬਾਈ, ਬਾਲਾ ਸਿਰਾ ਕੰਮ ਆ ਜਦੋਂ ਐਂਟਰੀ ਕਰਦੇ ਹਾਂ ਨਾ ਆਪਾਂ ਤੇ ਬਾਲਾ ਘੈਂਟ ਕੰਮ ਆ। ਮੈਨੂੰ ਵੀਰੇ ਆਪਾਂ ਦਿਖਾ ਦਈਏ ਦੋਸਤਾਂ ਨੂੰ ਕੀ ਆ, ਮੈਨੂੰ ਪੀਜ਼ੇ ਦੀ ਆਈ ਸੀਗੀ, ਕਹਿੰਦੇ ਪੀਜ਼ਾ ਬਾਲਾ ਵਧੀਆ ਬਣਾਉਂਦੇ, ਤਾਂ ਮੈਨੂੰ ਤੁਹਾਡਾ ਬਹੁਤ ਵੱਡਾ ਵਾ, ਕੀ ਆ? ਬਰਗਰ ਹੈਗੇ ਨੇ ਜੀ, ਸੈਂਡਵਿਚ ਨੇ, ਫਰਾਈਜ਼ ਨੇ ਆਪਣੇ ਲਈ, ਪਾਸਤੇ ਨੇ, ਰੈਪ ਨੇ, ਸ਼ੇਕ ਵਗੈਰਾ ਨੇ ਤੇ ਪੀਜ਼ੇ ਨੇ ਜੀ ਆਪਣੇ ਲਈ। ਬਾਈ ਰੇਟ ਬਰਗਰ ਦਾ ਦੇਖ ਲਓ ਦੋਸਤੋ, 35 ਰੁਪਏ ਆ ਬਾਈ, ਬਾਹਰ ਤਾਂ 200-200 ਦਾ ਬਰਗਰ, ਇੱਥੇ ਵੀ ਯਾਰ ਬਾਹਰਲੇ ਵੱਡੇ ਵੱਡੇ ਜਿਹੜੇ ਤੁਹਾਨੂੰ ਪਤਾ ਹੀ ਆ, ਮੈਂ ਨਾਮ ਆਪਾਂ ਕਾਹਨੂੰ ਲੈਣਾ ਹੈ ਨਾ ਜੀ, ਚੱਕਰ ਪਤਾ ਕੀ ਹੈ ਜੀ, ਆਪਾਂ ਦੇਖੋ ਸਟਾਰਟ ਕਰਨਾ ਨਾ, ਜਦੋਂ ਆਪਾਂ ਜੀਰੋ ਤੋਂ ਸਟਾਰਟ ਕਰ ਰਹੇ ਹਾਂ ਕੁਛ ਚੀਜ਼ਾਂ ਇਹੋ ਜਿਹੀਆਂ ਜਿਹਦੇ ਵਿੱਚ ਆਪਾਂ ਨੂੰ ਪੱਲਿਓ ਪਾ ਕੇ ਦੇਣਾ ਪੈਣਾ। ਹਾਂ, ਜਿਵੇਂ ਆਪਣੇ ਜਿੰਨੀਆਂ ਛੋਟੀਆਂ ਆਈਟਮਾਂ ਨੇ, ਜਿਵੇਂ 35 ਦਾ ਬਰਗਰ ਆ, 50 ਦਾ ਬਰਗਰ ਆ, ਇਹਦੇ ਵਿੱਚ ਵੀ ਅਸੀਂ ਪੱਲਿਓ ਪਾ ਕੇ ਦੇ ਰਹੇ ਹਾਂ ਖੁਦ, ਤੰਦਰੋ ਬਾਹਰਲੇ ਪੈਸੇ ਆਉਂਗੀ ਪੱਲਿਓ ਪਾ ਪਾ ਕੇ ਨਾ ਦੇ ਚੱਲੇ, ਬਟਣੇ ਵੀ ਆ। ਨਹੀਂ ਦੇਖੋ ਚਲੋ ਐਂ ਦੇਖੋ ਜੀ, ਆਪਣੇ ਮਾਰਕੀਟ ਬਣਾਉਣੀ, ਇੱਕ ਵਾਰ ਮਾਰਕੀਟ ਬਣਾਉਣੀ ਪੈਂਦੀ ਆ, ਜਦੋਂ ਬੰਦੇ ਨੂੰ ਫਿਰ ਜੇ ਵਾਧੂ ਰੇਟ ਚੱਕਦੇ ਫਿਰ ਪੰਗਾ ਪੈ ਜਾਣਾ। ਨਹੀਂ ਆਪਾਂ ਰੇਟ ਐਂ ਚੱਕਦੇ ਨਹੀਂ ਹੈਗੇ, ਆਪਾਂ ਐਨਾ ਰੇਟ ਵੀ ਨਹੀਂ ਚੱਕਦੇ ਆਪਾਂ। ਕੀ ਬਾਤ ਹੈ, ਜਦੋਂ ਪਤਾ ਦੇਖੋ ਜੀ, ਆਪਾਂ ਇੱਕ ਵਾਰ ਬੈਠ ਕੇ ਆਪਣੇ ਪੈਰ ਲੱਗ ਗਏ, ਉਸ ਤੋਂ ਬਾਅਦ ਜਾ ਕੇ ਕਰਨ ਦਾ ਫਾਇਦਾ, ਜਦੋਂ ਆਪਾਂ ਮਾਰਕੀਟ ਤੋਂ ਪਹਿਲਾਂ ਹੀ ਬਾਹਰ ਬੈਠੇ ਹਾਂ, ਅੱਜ ਕੱਲ੍ਹ ਬੰਦਿਆਂ ਕੋਲ ਓਪਰਚੁਨਿਟੀ ਆਈ, ਆਪਾਂ ਟੇਸਟ ਨਹੀਂ ਦੇਵਾਂਗੇ, ਕੁਆਲਿਟੀ ਨਹੀਂ ਦੇਵਾਂਗੇ, ਅਗਲੇ ਆਪਾਂ ਜਿੱਥੇ ਬੈਠੇ ਮਾਰਕੀਟ ਦੇ 6-7 ਨੇ ਇੱਥੇ, ਅਗਲਾ ਦੂਜੇ ਲਵੇ ਜਾਊਗਾ ਜੀ। ਠੀਕ ਹੈ, ਇੱਕ ਵਾਰ ਕਸਟਮਰ ਤੁਹਾਡੇ ਲਵੇ ਆ ਕੇ ਚਲਿਆ ਗਿਆ, ਉਹ ਦੁਆਬ ਸਟੋਰ ਲਵੇ ਨਹੀਂ ਆਊ। ਸਹੀ ਗੱਲ ਹੈ, ਦੇ ਪਰਸਨਲ ਰੈਸਟੋਰੈਂਟ ਸੀ, ਕੰਮੀ ਫ੍ਰੀ ਹੋ ਗਏ ਉੱਥੇ ਵਗ ਜਾਂਦੇ ਸੀ, ਓਕੇ, ਉਹਦੇ ਕਰਕੇ ਇੰਟਰਸਟ ਬਣ ਗਿਆ ਵੀ ਮਤਲਬ ਪਹਿਲਾਂ ਉੱਥੇ ਘੋੜਿਆਂ ਦਾ ਸੀ। ਹਾਂ ਹਾਂ, ਤਾਂ ਹੀ ਫਿਰ ਆ ਮੂਰੇ ਕਾਊਂਟਰ ਤੇ ਘੋੜਾ ਰੱਖਿਆ ਆ ਬਾਈ ਨੇ, ਹੈ ਘੋੜਿਆਂ ਦਾ ਬਾਈ ਨੂੰ ਸ਼ੌਂਕ ਆ ਜੀ ਸਟਾਰਟਿੰਗ ਤੋਂ। ਅੱਛਾ, ਗਏ ਹੀ ਤਾਂ ਸੀ, ਹਾਂ ਜਦੋਂ ਮੈਨੂੰ ਸਪੌਂਸਰ ਆਈ ਆਪਣੇ ਲਈ, ਇੱਥੇ ਵੀ ਘੋੜੇ ਨੇ, ਚਲੋ ਜਾਣ ਘਰੇ ਰੱਖੇ ਨੇ। ਹਾਂ ਜੀ, ਘਰੇ ਰੱਖੇ ਹੋਏ ਨੇ, ਤੇ ਜਾਣ ਤੋਂ ਪਹਿਲਾਂ ਨਾ ਘੋੜੀ ਸਾਂਭਦਾ ਜਿੱਥੇ, ਜਦੋਂ ਇਹਨੂੰ ਪਤਾ ਲੱਗਿਆ ਵੀ ਉੱਧਰ ਜਾ ਕੇ ਕੰਮ ਘੋੜਿਆਂ ਦਾ, ਇਹਨੇ ਹਾਮੀ ਤਾਂ ਭਰੀ ਸੀ। ਅੱਛਾ, ਵੀ ਚਲੋ ਮੇਰਾ ਹੋਰ ਇੱਕ ਤਾਂ ਬੰਦੇ ਦੇ ਸ਼ੌਂਕ ਹੋ ਜੂਗਾ ਵੀ ਮੇਰਾ ਸ਼ੌਂਕ ਪੂਰਾ ਹੋ ਜੂਗਾ, ਨਾਲੇ ਬਹਾਨੇ ਉਹਦੀ ਦਿਲ ਲੱਗਣਾ ਬਾਹਰ ਹੋਰ ਦਾ ਕਾਹਦੇ
ਜਦ ਉਹਦੇ ਲਾਉਣੇ ਨੇਗੇ ਖਵਾਉਣੇ ਆ ਉਹਨਾਂ ਨੂੰ ਫਿਰ ਬੰਦਾ ਆਪ ਹੀ ਕਰਦਾ ਉਹ ਦਿੰਦੇ ਵੀ ਆ ਯਾਰ ਪਸ਼ੂ ਦਿੰਦੇ ਆ ਘੋੜੀਆਂ ਕਦੇ ਦਿੰਦੀਆਂ ਨਹੀਂ ਵਛੇਰੇ ਵਛੇਰੀਆਂ ਕਿਉਂ ਬਾਈ 60 ਲੱਖ ਲਾਤਾ ਦੇਣਾ ਦੀ ਵਛੇਰੀ 'ਤੇ ਤੈਂ ਫਿਰ ਕਿਹਨੇ ਦੀ ਲਿਆਂਦੀ ਕਹਿੰਦੇ ਹੁਣ ਸਰ ਬਾਈ ਨੇ ਲਿਆ ਵੀ ਆਉਂਦੀ ਜਿੱਦੇ ਆਇਆ ਜੀ ਇਹ ਮੰਨ ਕੇ ਚਲੋ ਦੇਖੋ ਕਿਸੇ ਦਾ ਕੋਈ ਰਿਸ਼ਤੇਦਾਰ ਕੋਈ ਦੋਸਤ ਕੋਈ ਭਾਈ ਬਾਹਰੋਂ ਆਉਂਦਾ ਆਪਣੇ ਲਈ ਐਨਕਾਂ ਜਾਂ ਕੱਪੜੇ ਜਾਂ ਬੂਟ ਜਾਂ ਸ਼ੂਜ਼ ਕੁਛ ਵੀ ਲੈ ਕੇ ਆਉਂਦਾ ਜਿਸ ਦਿਨ ਇਹ ਬਾਹਰੋਂ ਆਇਆ ਕਿਸੇ ਲਈ ਕੁਛ ਨਹੀਂ ਲੈ ਕੇ ਆਇਆ ਕਿਉਂ ਬਾਈ ਇਹਨੂੰ ਪੁੱਛ ਲੈ ਕੇ ਕੀ ਆਇਆ ਦੱਸ ਬਾਈ ਕੀ ਲੈ ਕੇ ਆਪਦੇ ਕੱਪੜੇ ਛੱਡਿਆ ਯਾਰ ਬਾਈ ਉੱਥੇ ਆਪਦੇ ਕੱਪੜੇ ਉੱਥੇ ਛੱਡਿਆ ਆ ਉੱਧਰ ਆਉਂਦਾ ਘੋੜੀ ਕਾਠੀ ਉਹਨਾਂ ਦੇ ਪੈਰਾਂ ਦੇ ਉਹ ਕੱਪੜੇ ਅਤੇ ਕਾਠੀ ਦਾ ਸਮਾਨ ਲਗਾਵਾਂ ਅਤੇ ਹੋਰ ਪਤਾ ਨਹੀਂ ਕੀ ਕੋਈ ਸਾਰਾ ਘੋੜੀ ਦਾ ਸਮਾਨ ਲੈ ਕੇ ਬੰਦੇ ਵਾਸਤੇ ਕੁਛ ਨਹੀਂ ਲੈ ਗਿਆ ਐਡਾ ਪਿਆਰ ਬਾਈ ਐਡਾ ਮੋਹ ਘੋੜੀਆਂ ਵਾਲੇ ਨਾਲ ਮੰਨ ਕੇ ਆਉਣ ਸਾਰ ਇਹਨੇ ਨਾ ਯਾਨੀ ਕਿ ਜਿੰਨੋਂ ਵੀ ਇਹਦੀ ਸੈਲਰੀ ਵਗੈਰਾ ਜੋ ਬਣਦਾ ਜੀ ਉਸ ਅਲੱਗ ਕੱਢ ਕੇ ਛੋਟੀ ਛੋਟੀ ਇਨਵੈਸਟਮੈਂਟ ਕਰਕੇ ਇਹਨੇ ਮੈਨੂੰ ਜਦੋਂ ਉਸ ਏਅਰਪੋਰਟ 'ਤੇ ਉਤਰਿਆ ਇਹਨੇ ਮੈਨੂੰ ਨਾ ਬੈਗ ਫੜਾਇਆ ਬੈਗ ਦੇ ਵਿੱਚ ਜੀਰੋ ਮੈਨੂੰ ਕਹਿੰਦਾ ਵੀ ਇਹ ਮੈਂ ਕਿਆ ਕਹਿੰਦਾ ਇਹ ਸਾਂਭ ਕੇ ਰੱਖੀ ਹੈ ਨਾ ਪਿੰਡ ਆਏ ਪਿੰਡ ਆ ਕੇ ਮੈਨੂੰ ਕਹਿੰਦਾ ਵੀ ਇਹ ਘਰੇ ਨਹੀਂ ਦੱਸਣੇ ਚੇਂਜ ਕਰਵਾ ਲਿਆ ਇਹ ਮੈਂ ਇਹਨਾਂ ਦੀ ਘੋੜੀ ਵਾਸਤੇ ਲੈ ਕੇ ਆਇਆ ਸਪੈਸ਼ਲ ਤਾਂ ਮੇਰੀ ਅਲੱਗ ਤੋਂ ਇਨਵੈਸਟਮੈਂਟ ਹੈ ਜਦੋਂ ਉਸ ਤੋਂ ਬਾਅਦ ਜਦੋਂ ਆਇਆ ਉਸ ਤੋਂ ਬਾਅਦ ਪਹਿਲੀ ਮੰਡੀ 'ਤੇ ਜਗਰਾਵਾ ਮੰਡੀ ਲੱਗੀ ਪਹਿਲੀ ਮੰਡੀ 'ਤੇ ਜਾ ਕੇ ਘੋੜੀ ਲਏ ਕਿੰਨੇ ਦੀ ਲਈ ਫਿਰ ਬਾਈ ਬਸ ਵੀਰ ਮੈਂ ਤਾਂ ਹਿਸਾਬ ਜਿਹਾ ਲਾਇਆ ਜੀ ਕਿੰਨੇ ਦੀ ਲਈ ਅੰਦਾਜ਼ਾ ਗੇਟ ਦੇ ਲਵੇ ਤਾਂ ਕਿੰਨੇ ਕੁ ਲਾਤੇ ਫਿਰ ਯੂਰੋ ਸੀਗੇ ਬਾਹਰ ਵਾਲੇ ਯੂਰੋ ਨਹੀਂ ਇੱਧਰ ਚੇਂਜ ਕਰਾ ਕੇ ਲਾਏ ਸੀ ਚੇਂਜ ਅੱਛਾ ਯੂਰੋ ਕਰਾ ਕੇ ਲੈ ਕੇ ਆਇਆ ਸੀ ਉਹਨਾਂ ਨੇ ਤਾਂ ਯੂਰੋ ਵੀ ਲੈ ਲੈਣੀ ਸੀ ਪੇਮੈਂਟ ਵੀ ਇਹੀ ਕਰਕੇ ਆਇਆ ਸੀ ਕਿੰਨੇ ਕੀ ਦੀ ਆ ਗਈ ਲੈ ਕੇ ਜਾ ਲਾ ਤਾਂ ਜੀ 2.5 ਲੱਖ ਰੁਪਏ ਆ ਕੇ ਘੋੜੀ ਤੇ ਜੀ ਅੱਛਾ ਕਿਹੜੀ ਆ ਰੰਗ ਕਿਹੜਾ ਨੀਲੀ ਆ ਜੀ ਨੀਲੀ ਚੰਬੀ ਪੱਗ ਨਾਲ ਦੀ ਪੱਗ ਨਾਲ ਦੀ ਪੱਗ ਨਾਲ ਦੀ ਲਈ ਹੈ ਕੀ ਬਾਤ ਹੈ ਮਤਲਬ ਘੋੜੀਆਂ ਤੁਹਾਡੇ ਖੂਨ 'ਚ ਹੀ ਕਹਿ ਲਓ ਹੁਣ ਤਾਂ ਤੁਹਾਡੇ ਖੂਨ 'ਚ ਵੱਸ ਗਈਆਂ ਰਗ ਰਗ 'ਚ ਇੱਧਰ ਨੂੰ ਆ ਗਏ ਹੁਣ ਆ ਫੂਡ ਵਾਲਾ ਬੰਦਿਆਂ ਨੂੰ ਵੀ ਚਾਟ 'ਤੇ ਲਾ ਲਿਆ ਇੱਧਰ ਬਾਈ ਆਪ ਘੋੜੀਆਂ 'ਤੇ ਲੱਗ ਗਿਆ ਅਤੇ ਇੱਧਰ ਪੀਜੇ 'ਤੇ ਲਾ ਲਏ ਬਾਈ ਸਾਰੇ ਇੱਧਰ ਵਾਲੇ ਥੋੜ੍ਹਾ ਜਿਹਾ ਤੁਰ ਫਿਰ ਲਈਏ ਗਾਹਕਾਂ ਨਾਲ ਵੀ ਗੱਲਬਾਤ ਕਰਦੇ ਹਾਂ ਬੇਬੇ ਆਈ ਆ ਖਾਣ ਪੀਜ਼ਾ ਅਸੀਂ ਹੁਣ ਬਰਗਰ ਲਿਆ ਬਰਗਰ ਹਾਂਜੀ ਪਹਿਲੀ ਵਾਰ ਆਏ ਹੋ ਨਹੀਂ ਨਹੀਂ ਪਹਿਲਾਂ ਵੀ ਲੈਂਦੇ ਹਾਂ ਬੜਾ ਟੇਸਟੀ ਫੂਡ ਹੁੰਦਾ ਇਹਨਾਂ ਦਾ ਅਸੀਂ ਪਹਿਲਾਂ ਪੀਜ਼ਾ ਵਗੈਰਾ ਵੀ ਅਸੀਂ ਜਿਵੇਂ ਘਰ ਵੀ ਮੰਗਵਾਉਂਦੇ ਹਾਂ ਕਿੱਥੋਂ ਕਹਾਂ ਮਲੌਦ ਦੇ ਹੀ ਆ ਲੋਕਲ ਆ ਓਕੇ ਘਰੇ ਵੀ ਦੇ ਆਉਂਦੇ ਆ ਬਾਈ ਹਾਂਜੀ ਘਰ ਦੇ ਆਉਂਦੇ ਨੇ ਅਸੀਂ ਲੈ ਕੇ ਵੀ ਜਦੋਂ ਜਾਂਦੇ ਹਾਂ ਮਤਲਬ ਇਹਨਾਂ ਦੀ ਸਰਵਿਸ ਵੀ ਬਹੁਤ ਵਧੀਆ ਅਤੇ ਫੂਡ ਵੀ ਬਹੁਤ ਵਧੀਆ ਹੁੰਦਾ ਫੂਡ ਦੇ ਬਾਈ ਚਰਚੇ ਨੇ ਪੂਰੇ ਪੀਜ਼ਾ ਵੀ ਵੀਰੇ ਬਹੁਤ ਵਧੀਆ ਫਰੈਸ਼ ਬਣਾ ਕੇ ਦਿੰਦੇ ਨਾਲੇ ਰੈਪ ਵੀ ਬਹੁਤ ਵਧੀਆ ਹੁੰਦਾ ਵੀਰੇ ਅੱਜ ਕੀ ਆਰਡਰ ਕੀਤਾ ਹੁਣ ਅੱਜ ਰੈਪ ਹੀ ਕੀਤਾ ਮੇਰੇ ਰੈਪ ਹਾਂਜੀ ਕੀ ਬਾਤ ਹੈ ਬਾਈਆਂ ਬਾਰੇ ਕਹਿੰਦੇ ਬਾਹਰੋਂ ਆ ਕੇ ਬਾਈਆਂ ਨੇ ਇੱਥੇ ਝੰਡਾ ਕੱਢ ਲਿਆ ਕੀ ਕਹੇਗਾ ਬਾਈਆਂ ਨੂੰ ਕਿੰਨੇ ਨੰਬਰ ਦੇਗਾ 100 ਚੋਂ 100 ਆ ਬਾਈ 100 ਚੋਂ 100 ਬੰਦੇ ਬਾਹਰ ਨੂੰ ਜਾਂਦੇ ਆ ਕੈਨੇਡਾ ਅਮਰੀਕਾ ਚਲੋ ਜਾਂਦੇ ਆ ਸਹੀ ਆ ਕੰਮ ਉਰੇ ਸ਼ੁਰੂ ਕੀਤਾ ਸਹੀ ਆ ਬਾਈ ਨੇ ਆ ਕੇ ਕੀਤਾ ਹਣਾ ਇੱਥੋਂ ਕੰਮ ਉਧਰ ਕਰਨ ਜਾਂਦੇ ਆ ਇਹੀ ਵੱਡੀ ਗੱਲ ਸੀ ਅੱਜ ਹੈ ਕਿ ਨਹੀਂ ਸਹੀ ਆ ਬਾਈ ਕਿੰਨੀ ਉਮਰ ਆ ਮੇਰੀ ਵੀ 16 ਸਾਲ 16 ਸਾਲ ਦੇ ਲਈ ਬਾਈ ਕਿੱਡੀ ਵੱਡੀ ਐਗਜ਼ਾਮਪਲ ਆ ਬਾਈ ਕਹਿੰਦਾ ਲੋਕ ਉਧਰ ਨੂੰ ਜਾਂਦੇ ਆ ਤੇ ਇਹਨਾਂ ਨੇ ਇੱਥੇ ਕੀਤਾ ਹਾਂਜੀ ਆ ਬਹੁਤ ਕਿੰਨੇ ਤੂੰ ਕਿੰਨੇ 100 ਚੋਂ ਕਿੰਨੇ ਨੰਬਰ ਦੇਣਾ ਵੀਰੇ 100 ਹੀ ਦਿੰਨੇ ਆ ਵੀਰੇ 121 ਦਿੰਨੇ ਆ ਵੀਰੇ 101 ਦੇਤਾ ਕਾਦੇ ਕਰਕੇ ਵਧੀਆ ਵੀਰੇ ਲੋਕ ਬਾਹਰ ਜਾਂਦੇ ਨੇ ਇੱਧਰ ਆ ਕੇ ਵਧੀਆ ਕੰਮ ਸ਼ੁਰੂ ਕੀਤਾ ਵੀਰੇ ਕਿਵੇਂ ਲੱਗਦਾ ਕੀ ਖਾਣਾ ਆ ਅੱਜ ਪੀਜ਼ਾ ਖਾਣਾ ਹੈ ਉਹਦਾ ਮੂਰੇ ਹੀ ਪਿਆ ਪਤੰਦਰਵਾ ਦੇ ਲੋ ਪੀਜ਼ਾ ਪੀਜ਼ਾ ਕਰਾਈ ਪਈਆ ਬਾਈਆਂ ਨੇ ਬਾਈ ਤੇਰਾ ਸੂਜਲ ਅੱਛਾ ਕਿੰਨੇ ਨੰਬਰ ਦੇਣਾ 100 ਚੋਂ 100 ਹੀ ਆ ਤੂੰ ਬਾਈ 100 ਚੋਂ 100 ਹੀ ਆ ਜੀ 100 ਚੋਂ 100 ਹਾਂਜੀ ਲੈ ਵੀ 100 ਚੋਂ 100 ਹੋਈ ਜਾਂਦੀ ਆ 100 ਚੋਂ 101 ਵੀ ਹੋਈ ਜਾਂਦੀ ਆ ਇਹ ਆ ਬਾਈ ਫੂਡ ਲੈਣ ਵਾਲਾ ਦਾ ਕਮਾਲ ਬੈਸਟ ਆਪਣੀ ਕਿਹੜੀ ਕਿਹੜੀ ਚ ਮਹਾਰਤ ਆ ਪੀਜ਼ੇ ਚ ਜਾਂ ਸਾਰਾ ਕੁਝ ਸਾਰਾ ਕੁਝ ਆ ਸਾਰੇ ਘਰ ਚ ਆਪਾਂ ਨੇ ਕੋਈ ਨਾ ਕੋਈ ਸਪੈਸ਼ਲ ਰੱਖੀ ਹੋਈ ਐਡ ਕਰੀ ਆਪਾਂ ਬਰਗਰ ਵੀ ਸਪੈਸ਼ਲ ਰੱਖਿਆ ਸੈਂਡਵਿਚ ਵੀ ਰੱਖਿਆਗਾ ਹਾਂ ਤੇ ਰੈਪ ਵੀ ਰੱਖਿਆਗਾ ਹਾਂ ਤੇ ਨਾਲ ਹੁੰਦੇ ਆਪਾਂ ਨੇ ਸੈਲਡ ਵੀ ਸਪੈਸ਼ਲ ਰੱਖਿਆ ਪਨੀਰ ਸੈਲਡ ਜੋ ਸਾਰਿਆਂ ਨੂੰ ਵੱਧ ਲੱਗ ਰਿਹਾ ਇਸ ਚੀਜ਼ ਵਿੱਚ ਪਨੀਰ ਸੈਲਡ ਸਾਰਿਆਂ ਨੂੰ ਵੱਧ ਲੱਗ ਰਿਹਾ ਹੈ ਮਲੌਦ ਦੇ ਵਿੱਚ ਓਕੇ ਹਾਂ ਆਥਣੇ ਜੇ ਅੱਜ ਕੱਲ ਬਈ ਹੈਲਥ ਕੌਂਸ਼ੀਅਸ ਹੋਏ ਪਏ ਨੇ ਮੁੰਡੇ ਮੈਂ ਢੋਲੀ ਦੇਖ ਰਿਹਾ ਬਾਈ ਫਰਿੱਜਾਂ ਫਰੁੱਜਾਂ ਵੀ ਰੱਖੀਆਂ ਨੇ ਦੁੱਧ ਦੱਧ ਫਿਰ ਆਪਣੇ ਹੀ ਘਰ ਦਾ ਸਰ ਦੁੱਧ ਵੀਰੇ ਘਰੋਂ ਲੈ ਕੇ ਆਈਦਾ ਜੀ ਇੱਥੇ ਮੰਨ ਕੇ ਚਲੋ ਯਾਰ ਬਾਜ਼ਾਰ ਦੇ ਵਿੱਚ ਜੋ ਦੁੱਧ ਲੈਣੇ ਆਪਾਂ ਜਾਂ ਦੂਜੇ ਲੈਣੇ ਉਹ ਕੁਆਲਿਟੀ ਨਹੀਂ ਹੈਗੀ ਵੀਰੇ ਇਹ ਤਾਂ ਠੀਕ ਹੈ ਨਾ ਦੁੱਧ ਆਪਾਂ ਸਾਰਾ ਘਰੋਂ ਲੈ ਕੇ ਆਈਦਾ ਜੀ ਠੀਕ ਹੈ ਘਰਦਿਆਂ ਨੂੰ ਕਿੰਨਾ ਕੁ ਲੈ ਜਾਂਦਾ ਦੁੱਧ ਲੱਗ ਜਾਂਦਾ ਜੀ 5 ਤੋਂ 7 ਲੀਟਰ ਦੁੱਧ ਠੀਕ ਹੈ ਪਰ ਡੇ ਪਨੀਰ ਪਨੀਰ ਲੱਗ ਜਾਂਦਾ 4 ਕਿਲੋ ਜੀ ਠੀਕ ਹੈ ਹਾਂ ਜੀ ਸਾਰਾ ਕੁਝ ਜਾਣੇ ਕਿ ਮੇਨ ਚੀਜ਼ ਆਪਣੇ ਕੁਆਲਿਟੀ ਤੇ ਰੱਖੀ ਸੀ ਜਿੱਦੇ ਆਪਾਂ ਨੂੰ ਓਪਨਿੰਗ ਕਰਨੀ ਸੀ ਨਾ ਓਪਨਿੰਗ ਕਰਨ ਤੋਂ ਪਹਿਲਾਂ ਮੈਨੂੰ ਛੋਟੇ ਨੇ ਕਹਿਤਾ ਜੀ ਕਹਿੰਦਾ ਵੀ ਆਪਾਂ ਨੇ ਜੋ ਵੀ ਮਰਜ਼ੀ ਚੀਜ਼ ਆ ਕੁਆਲਿਟੀ ਤੇ ਹੀ ਕਰਨੇ ਕੁਆਲਿਟੀ ਦੇ ਕੋਈ ਆਪਣੇ ਚੀਜ਼ ਸੋਚੀ ਵੀ ਆਪਾਂ ਨੇ ਇਹ ਚੀਜ਼ ਤੋਂ ਪੈਸਾ ਨਹੀਂ ਕਮਾਉਣਾ ਆਪਾਂ ਇਹ ਚੀਜ਼ ਨੂੰ ਅੱਗੇ ਵਧਾਉਣਾ ਜਦੋਂ ਆਪਣਾ ਅੱਗੇ ਵੱਧ ਗਿਆ ਕੰਮ ਉਸ ਤੋਂ ਬਾਅਦ ਪੈਸਾ ਹੀ ਆ ਜੋ ਪਹਿਲਾਂ ਆਪਾਂ ਸੋਚ ਲਏ ਵੀ ਚੀਜ਼ ਆਪਾਂ ਕਰ ਲਈ ਪਹਿਲਾਂ ਪੈਸਾ ਹੀ ਕਮਾਉਣਾ ਦੇਖੋ ਵੀਰ ਜੀ ਉਹਨੇ ਕੁ ਜੋ ਘਰ ਰਹਿ ਜਾਂਦਾ ਬੰਦਾ ਆਪਾਂ ਨੇ ਸੋਚਿਆ ਵੀ ਕੁਆਲਿਟੀ ਦੇਣੀ ਆ ਕਸਟਮਰ ਜੋੜਨੇ ਨੇ ਅਤੇ ਆਪਾਂ ਨੇ ਕੰਮ ਅੱਗੇ ਵਧਾਉਣਾ ਆਪਾਂ ਜ਼ਿਆਦਾ ਬਿਗਰ ਕੰਮ ਚ ਪਾਉਣਾ ਨੀਗਾ ਹੁਣ ਆਪਾਂ ਵੀ ਆਰਡਰ ਕਰਦੇ ਆ
ਤੇ ਬਾਈ ਸਾਨੂੰ ਫਿਰ ਪੀਜ਼ਾ ਹੀ ਖਵਾਓ, ਅਸੀਂ ਪੀਜ਼ਾ ਖਾਣਾ ਹੈ ਸੀ। ਦੱਸੋ ਜੀ ਕਿਹੜਾ ਖਾਣਾ? ਬਸ ਜਿਹੜਾ ਤੁਹਾਡਾ ਵਧੀਆ ਉਹ ਲਾ ਦਿਓ, ਅਤੇ ਆਪਾਂ ਦਿੰਦੇ ਹਾਂ ਔਡਰ ਅਤੇ ਬਾਈਆਂ ਨੂੰ ਖਾ ਕੇ ਤੁਹਾਨੂੰ ਰਿਵਿਊ ਦਿੰਦੇ ਹਾਂ। ਦੋਸਤੋ ਤੁਸੀਂ ਵੀ ਆਉਣਾ ਮਲੌਦ ਵਾਲੇ ਰਾਹ 'ਤੇ ਬਾਈ। ਐਡਰੈਸ ਆਪਣਾ ਇੱਕ ਵਾਰ ਜ਼ਰੂਰ। ਇਹ ਚੋਮੋ ਰੋਡ ਨੀਅਰ ਦਾਣਾ ਮੰਡੀ, ਆਪਣੇ ਨਾਲ ਉਹ ਈਵਾ ਸਲੂਨ ਆ, ਚੋਮੋ ਰੋਡ ਵੱਜਦਾ ਸਾਰਾ, ਇਹ ਚੋਮੋ ਰੋਡ ਦੇ ਉੱਤੇ ਆਪਣੀ ਲੋਕੇਸ਼ਨ ਜੀ। ਹਾਂ ਜੀ, ਦਾਣਾ ਮੰਡੀ ਦੇ ਨਾਲ ਬਿਲਕੁਲ ਕਲੋਜ਼ ਆ, ਨਾਲ ਆਪਣੇ ਦਾਣਾ ਮੰਡੀ ਪੈਂਦੀ ਆ, ਦਾਣਾ ਮੰਡੀ ਦੇ ਬਿਲਕੁਲ ਕਲੋਜ਼ ਆ ਜੀ ਆਪਣਾ। ਮੂਹਰੇ ਇੱਕ ਬੈਂਕ ਵੀ ਆ ਮਸ਼ਹੂਰ ਜੀ, ਜਿਹੜਾ ਮੈਨੂੰ ਦੱਸਿਆ ਸੀ ਬੈਂਕ, ਐਸ ਬੀ ਆਈ ਬੈਂਕ ਕੋਲ ਆ ਜੀ ਆਪਣਾ। ਠੀਕ ਹੈ, ਹਾਂ ਜੀ, ਨੇੜੇ ਆਪਣੇ ਐਸ ਬੀ ਆਈ ਬੈਂਕ ਪੈਂਦੀ ਆ ਓਪੋਜ਼ਿਟ। ਠੀਕ ਹੈ, ਅਤੇ ਹੁਣ ਬਾਈ ਆਰਡਰ ਲਾਉਂਦੇ ਆ, ਪੀਜ਼ਾ ਖਾ ਕੇ ਤੁਹਾਨੂੰ ਦੱਸਦੇ ਹਾਂ। ਬਾਈ ਬਾਹਰੋਂ ਆ ਕੇ ਇੱਥੇ ਝੰਡਾ ਗੜਤਾ, ਕਹਿੰਦਾ ਹੁਣ ਨਹੀਂ ਮੁੜਦਾ, ਅਤੇ ਜਿਹੜੇ ਮੁੜਦੇ ਆ ਉਹਨਾਂ ਨੂੰ ਕਹਿੰਦਾ ਵੀ ਇੱਥੇ ਆਓ, ਅਤੇ ਜਾਂ ਜਿਹੜੇ ਇੱਥੋਂ ਜਾਂਦੇ ਨੇ ਉਹ ਕਹਿੰਦੇ ਵੀ ਉੱਥੇ ਪੱਕੇ ਨਾ ਰਹੋ, ਇੱਥੇ ਆ ਕੇ ਕੰਮ ਖੋਲੋ ਅਤੇ ਤੁਸੀਂ ਸਫਲ ਹੋਵੋ, ਆਪਣੇ ਪੰਜਾਬ ਤਰੱਕੀਆਂ ਦੀ ਰਾਹ 'ਤੇ ਆ, ਆਪਾਂ ਹੀ ਪਾਉਣਾ ਹੈ ਨਾ। ਇੰਨੇ ਨਾਲ ਮੈਂ ਮਨਜੋਤ ਮਾਜਰਾ ਵਿਦਾ ਲੈਣਾ ਆ, ਮੇਰੇ ਨਾਲ ਮੇਰਾ ਸਾਥੀ ਕੈਮਰੇ 'ਤੇ ਬਾਈ ਦਿਲਰਾਜ,